ਕਾਦਰੀ ਜੀ ਮਲੇਰਕੋਟਲੇ ਤੋਂ ਪੁੱਜਿਆ ਜਿਹਨਾਂ ਵੱਲੋਂ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਵੀਰ ਦਾ ਫਿਰ ਤੋਂ ਧੰਨਵਾਦ ਵਾਲਾ ਮੈਚ ਸ਼ੁਰੂ ਹੈ ਤੇ ਪਹਿਲੀ ਰੇਡ ਮੈਦਾਨ ਦੇ ਵਿੱਚ ਗਗਨ ਜੋਗੇ ਵਾਰੀ ਆ। ਇਹ ਆ ਨੌਜਵਾਨ ਗਗਨ, ਕਹਿੰਦੇ ਵੀ ਜੋਗੇ ਵਾਰੀ ਆ, ਜਿਸ ਨੌਜਵਾਨ ਨੇ ਪਹਿਲੀ ਕਬੱਡੀ ਪਾ ਕੇ ਪਹਿਲਾ ਜਿਹੜਾ ਡੇਢ ਪੁਆਇੰਟ ਜੋਧਾ ਵਾਲੇ ਕਿੰਦੀ ਨੂੰ ਟੱਚ ਕਰਕੇ ਪਹਿਲੇ ਡੇਢ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਸਿਰ ਕਰ ਦਿੱਤਾ ਹੈ। ਅਗਲੀ ਰੇਡ ਪਾਉਣ ਲਈ ਨੌਜਵਾਨ ਮੰਦਰ ਜੋਧਾ ਵਾਲਾ ਫਿਰ ਤਿਆਰੀ ਦੇ ਵਿੱਚ ਹੈ। ਧਨੌਰੀ ਵਾਲਾ ਸ਼ੇਰੂ ਨਾਲ ਕਿਸ਼ਨ ਬਰੀਆ ਮਨਿੰਦਰ, ਧਨੌਰੀ ਪਿੰਡ ਦਾ ਮਨੀ ਤੇ ਨਾਲ ਕਹਿੰਦੇ ਬਿੰਦਰ ਚਾਰੇ ਤਿਆਰੀ ਦੇ ਵਿੱਚ ਹੈ, ਉਹ ਤਿਆਰੀ ਦੇ ਵਿੱਚ ਹੈ ਤੇ ਮਨੀ ਧੂੜ ਨੇ ਕੀ ਫੈਸਲਾ ਦਿੱਤਾ ਵੀ ਪੁਆਇੰਟ ਜੋਧਾ ਵਾਲੇ ਮੰਦਰ ਨੇ ਆਪਣੀ ਟੀਮ ਦੇ ਸੇ ਜੋੜਿਆ ਹੈ। ਭੜੀ ਦੇ ਕੋਟਲੇ ਦਾ ਰਾਜੂ, ਜਿਸ ਨੌਜਵਾਨ ਨੇ ਕਹਿੰਦੇ ਵੀ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਦੇ ਵਿੱਚ ਵੀ ਵੱਡੇ ਚਾਚੇ ਕਰਵਾਏ ਹੈ, ਜਿਸ ਨੌਜਵਾਨ ਦੀ ਚਾਚਾ ਲੀਗ ਦੇ ਵਿੱਚ ਹੋਈ ਹੈ, ਟੈਸਟ ਲੀਡਰ ਦੇ ਤੌਰ ਤੇ ਵੱਡਾ ਮਾਨ ਇਸ ਖਿਡਾਰੀ ਨੇ ਪ੍ਰਾਪਤ ਕੀਤਾ ਹੈ। ਰਾਜੂ ਭੜੀ ਦੇ ਕੋਟਲੇ ਵਾਲਾ ਸਰਦਾਰ ਜੀਵਨ ਸਿੰਘ ਦਾ ਪੁੱਤ ਕਬੱਡੀ ਮਾਰੇ ਹੈ, ਬਾਪੂ ਕਹਿੰਦੇ ਪ੍ਰਸਿੱਧ ਫੁੱਟਬਾਲਰ ਰਿਹਾ ਹੈ, ਪਰ ਵੇਖੋ ਸਾਹਮਣੇ ਬਿੱਲਾ ਗਗੜੇ ਵਾਲਾ ਤਕੜਾ ਜਫਾ ਲਾ ਕੇ ਇੱਕ ਹੋਰ ਪੁਆਇੰਟ ਦਾ ਵਾਧਾ ਆਪਣੀ ਟੀਮ ਦੀ ਕਰਦਾ ਹੋਇਆ। ਖਾਈ ਵਾਲਾ ਦੀਪਾ ਚੱਲਿਆ ਕਬੱਡੀ ਪਰ ਤੇ ਗੁਰਮੁਖ ਸਾਹਿਬ ਕਰੀ ਇਸ ਨੌਜਵਾਨ ਦੀ ਦੀਪਾ ਖਾਈ ਪਿੰਡ ਦਾ ਮੇਰੇ ਵੀ ਖੇਡ ਮੈਦਾਨ ਦੇ ਵਿੱਚ ਵੱਡਾ ਮੱਲ ਖੇਡ ਕਬੱਡੀ ਦਾ ਬੰਦ ਕੇ ਕਬੱਡੀ ਪਾ ਰਿਹਾ ਹੈ। ਆਓ ਸਾਹਮਣੇ ਚਾਰ ਜਾਫੀ ਅੰਮ੍ਰਿਤਪਾਲ ਸਿੰਘ ਸ਼ੇਰੂ ਤੇ ਦੀਪਾ ਖਾਈ ਵਾਲਾ ਇਸ ਨੇ ਆਂਕੜੇ ਦਾ ਵਾਧਾ ਕਰ ਗਿਆ। ਲੋਕ ਗਗਨ ਆ ਗਿਆ ਮੇਰੇ ਵੀਰੇ, ਜੋਗੇ ਵਾਲੀ ਆ ਜੋਗੇ ਵਾਲ ਦਾ ਗਗਨ, ਵੱਡਾ ਮੱਲ ਕਬੱਡੀ ਖੇਡ ਜਗਤ ਦਾ ਸਿੱਖੀ ਸਰੂਪ ਦੇ ਵਿੱਚ ਵੱਜ ਕੇ ਪਈ ਕਬੱਡੀ ਨੌਜਵਾਨ ਦੀ। ਉੱਧਰ ਬਿੱਲਾ ਗਗੜੇ ਵਾਲਾ ਗੋਲਡੀ ਆਤਮਾ ਤੇ ਕਿੰਦੀ ਜੋਧਾ ਦੀ ਧਰਤੀ ਦਾ ਗੱਭਰੂਆ, ਤਾਰੀ ਖੁੱਲ ਕੇ ਮਾਰ ਦਿਓ, ਤਾਰੀ ਜ਼ੋਰਦਾਰ ਮਾਰ ਦਿਓ। ਕਿੰਦੀ ਜੋਧਾ ਮਾਲਾ ਬੜਾ ਤਕੜਾ ਜੱਫਾ ਲਾ ਕੇ ਬੈਠਦਾ ਵਾਧਾ ਆਪਣੀ ਟੀਮ ਦੇ ਸੇ ਕਰਦਾ ਹੋਇਆ। ਜੋਧਾ ਮਾਲਾ ਮੰਦਰ ਇਹ ਮੈਦਾਨ ਦੇ ਵਿੱਚ ਕਿਸ਼ਨ ਬਰੀਆ ਮਨਿੰਦਰ ਤੇ ਪੁਆਇੰਟ ਧਾਵੀ ਦਾ ਤੇ ਪੁਆਇੰਟ ਰੇਡਰ ਦਾ ਲਾ ਮੈਚ ਫਸ ਗਿਆ। ਮੈਚ ਬਾਕੀ ਆ ਵੀ ਕਹਿੰਦੇ ਕਾਟਾ ਮੈਚ ਹੋਣਾ। ਜਿਹੜੇ ਵੀਰ ਗਰਾਊਂਡ 'ਚ ਖੜੇ ਆ ਪਲੀਜ਼ ਉਹ ਬੈਠ ਜਾਣਾ, ਜਿਹੜੇ ਵੀਰ ਗਰਾਊਂਡ ਦੇ ਵਿੱਚ ਖੜੇ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਵੀ ਬਾਈ ਜੀ ਪਲੀਜ਼ ਬੈਠ ਜਾਵੋ, ਕਿਉਂਕਿ ਸੰਗਤ ਮੈਚਾਂ ਦਾ ਆਨੰਦ ਲੈਣਾ ਚਾਹੁੰਦੀ ਹੈ। ਲਓ ਧਨੌਰੀ ਪਿੰਡ ਦੇ ਭੋਲੇ ਨੇ ਫਿਰ ਮੈਦਾਨ ਦੇ ਵਿੱਚ ਧਾਵਾ ਬੋਲਿਆ। ਗੁਰਵਿੰਦਰ ਸਿੰਘ ਭੋਲਾ ਉਧਰ ਦਵਾਈ ਵਾਲਾ ਸਟੇਜ ਤੇ ਬੈਠਾ ਹੈ, ਵੱਡਾ ਟੂਰਨਾਮੈਂਟ ਦਵਾਈ ਦੇ ਵਿੱਚ ਕਰਵਾਇਆ ਤੇ ਭੋਲੇ ਦੀ ਰੇਡ ਤੇ ਹੁਣ ਕੌਣ ਮਾਨਦਾ ਸ਼ੇਰ ਪੁੱਤ ਦੁੱਤ ਕਰਦਾ। ਜੋਧਾ ਪਿੰਡ ਦੇ ਚਾਰ ਬੱਬਰ ਸ਼ੇਰਾਂ ਦੇ ਵਿੱਚ ਪਾਏ ਨੌਜਵਾਨ ਬਿੱਲਾ ਕਹਿੰਦੇ ਵੀ ਗਗੜੇ ਵਾਲਾ, ਬਿੱਲਾ ਗਗੜੇ ਵਾਲਾ, ਬਿੱਲਾ ਗਗੜੇ ਵਾਲਾ ਤੇ ਟਾਈ ਕਰਦਾ ਹੋਇਆ। ਦੇਖੋ ਸਾਹਮਣੇ ਪੁਆਇੰਟ ਕਿਸ ਖਿਡਾਰੀ ਦਾ, ਪੁਆਇੰਟ ਮਨੀ ਮੈਦਾਨ ਦੇ ਵਿੱਚ ਕੀ ਇਸ਼ਾਰਾ ਕਰਦਾ ਵੀ ਪੁਆਇੰਟ ਸਟਾਪਰ ਦਾ, ਪੁਆਇੰਟ ਗਗੜੇ ਵਾਲੇ ਬਿੱਲੇ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ। ਕਿਆ ਬਾਤ ਹੈ, ਜੇ ਮੈਚ ਦਾ ਨਾਮ ਮਾਮਾ ਦਰਸ਼ ਵੀਰੋ ਤੇ ਰੌਲਾ ਰੱਪਾ ਪਾ ਦਿਓ ਮਾੜਾ ਜਾ। ਕਿਆ ਬਾਤ ਹੈ, ਕਿਆ ਬਾਤ ਹੈ, ਸੰਗਤ ਖੁਸ਼ ਹੈ। ਇੱਧਰ ਮੈਦਾਨ ਦੇ ਵਿੱਚ ਦੀਪਾ ਖਾਈ ਵਾਲਾ, ਲਓ ਦੀਪਾ ਖਾਈ ਦਾ ਤੇ ਧਨੌਰੀ ਪਿੰਡ ਦਾ ਮਨੀ, ਮਨੀ ਕਹਿੰਦਾ ਸਰਦਾਰ ਕੇਵਲ ਸਿੰਘ ਜੀ ਘੋਲੂ ਮਾਜਰਾ ਮੇਨ ਸਪਾਂਸਰ ਹੈ, ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਦੀ ਟੀਮ ਦੀ। ਭੜੀ ਦੇ ਕੋਟਲੇ ਦਾ ਰਾਜੂ ਚੱਲਿਆ ਅਗਲੇ ਕਬੱਡੀ ਪਾਉਣ ਤੇ ਚਾਰ ਸਾਹਮਣੇ ਜੋਧਾ ਪਿੰਡ ਦੇ ਤਿਆਰੀ ਦੇ ਵਿੱਚ ਤੇ ਚੋਹਾਂ ਦੇ ਵਿੱਚੋਂ ਹੁਣ ਕੌਣ ਦਾ ਕਰਦਾ ਸਮੇਂ ਨੇ ਫੈਸਲਾ ਕਰਨਾ ਹੈ। ਤਾਂ ਵੱਧ ਕੇ ਮੈਦਾਨ ਦੇ ਵਿੱਚ ਟਰਾਈ ਕੀਤੀ ਹੋਈ ਹੈ, ਜ਼ੋਰ ਲੱਗਾ ਹੋਇਆ ਤੇ ਡਾਲੇ ਵਾਲਾ ਆਤਮਾ ਭਾਵੇਂ ਡਾਲੇ ਵਾਲਿਆ ਮੰਦਰ ਦੀ ਰੇਡ ਆ ਤੇ ਗੁਰਮੁਖ ਕਰੀ ਇਸ ਨੌਜਵਾਨ ਦੀ ਗੱਲ। ਮੰਦਰ ਜੋਧਾ ਦੀ ਧਰਤੀ ਦਾ ਮੇਰੇ ਵੀਰੋ ਫਿਰ ਕਬੱਡੀ ਪਾਉਣ ਦੇ ਲਈ ਵੱਧ ਗਿਆ ਖੇਡ ਮੈਦਾਨ ਦੇ ਵਿੱਚ। ਬਾਬਾ ਗਾਜੀ ਦਾ ਸਿੱਧ ਨਾਲੀ ਸਰਦਾਰ ਕੇਵਲ ਸਿੰਘ ਘੋਲੂ ਮਾਜਰਾ ਦੀ ਟੀਮ ਵਰਿੰਦਰ ਨਾਨੂ ਮਾਜਰਾ ਵੇਖ ਰਿਹਾ ਸਾਹਮਣੇ। ਆਹ ਵੇਖ ਵੀ ਧੂੜ ਵਾਲੇ ਮਨੀ ਦੇ ਕੀ ਫੈਸਲੇ, ਕੀ ਫੈਸਲੇ ਤੇ ਪੁਆਇੰਟ ਜਿਹੜਾ ਮਤਲਬ ਪੁਆਇੰਟ ਮਿਲ ਗਿਆ, ਪੁਆਇੰਟ ਜਿਹੜਾ ਇਸਨੇ ਧਾਵੀ ਦੇ ਹਿੱਸੇ ਦੇ ਵਿੱਚ ਚੁੱਕ ਚੁੱਕਾ ਹੈ। ਬਿੱਟੂ ਬਾਜਵਾ ਜੀ ਸਰਪੰਚ ਸਾਡੇ ਰੋੜ ਮਾਜਰੇ ਵਾਲੇ, ਇਹਨਾਂ ਦੇ ਨਾਲ ਬਲਦੇਵ ਚੱਕਲਾਂ ਤੇ ਜੱਸਾ ਚੱਕਲਾਂ ਰੋਡ ਮਾਜਰਾ ਚੱਕਲਾਂ 12-13 ਫਰਵਰੀ ਨੂੰ ਵੱਡਾ ਟੂਰਨਾਮੈਂਟ ਹੋਣਾ ਹੈ, ਜਿੱਥੇ ਬੁਲਟ ਮੋਟਰਸਾਈਕਲ ਦੇ ਤੇ ਜਾਣਗੇ। ਪਹਿਲਾ ਨਾਮ 1 ਲੱਖ, ਦੂਜਾ 75,000 ਤੇ ਗਗਨ ਵੇਖੋ ਸਾਹਮਣੇ ਜੋਗੇ ਵਾਰੀ ਕਬੱਡੀ ਪਾ ਰਹੇ ਹੈ। ਗਗਨ ਨੇ ਵੀ ਕਹਿੰਦੇ ਦਵਾਈ ਚੱਤ ਕਬੱਡੀਆਂ ਪਾਈਆਂ, ਗੀਤਿੰਦਰ ਗਿੱਲ ਲਾਂਡਰਾ ਵਾਲਾ ਤੇ ਗੁਰਵਿੰਦਰ ਭੋਲੇ ਦੀ ਟੀਮ ਲਈ ਟਾਪ ਦੀਆਂ ਕਬੱਡੀਆਂ ਪਾਉਣ ਵਾਲਾ ਗਗਨ ਅਗਲੇ ਪੁਆਇੰਟ ਦਾ ਵਾਧਾ ਕਰ ਚੁੱਕੇ ਹੈ। ਇੱਧਰ ਸਾਡੇ ਬੀ ਕੇ ਗੋਇਲ ਮਾੜੀ ਬੈਦਵਾੜ ਵਾਲਾ ਕਾਲੀ ਤੇ ਨਾਲ ਬਾਂਟੀ ਹੁਣੇ ਕਹਿੰਦੇ ਵੀ 500 ਰੁਪਏ ਦੇ ਵੱਡੇ ਮਾਨ ਮੰਦਰ ਦੇ ਕਰ ਰਹੇ ਹੈ। ਤੇ ਉੱਧਰ ਨੌਜਵਾਨ ਮਹਿੰਦਰ ਕਿਸ਼ਨ ਬਰੀਆ
ਬਾਹਰ ਕਿਸ਼ਨ ਮਰਵਾਇਆ ਤਕੜਾ ਜਫਾ ਲਾਇਆ 51,000 ਰੁਪਏ ਦੇ ਵੱਡੇ ਯੋਗਦਾਨ ਹੈ ਬੀ ਕੇ ਗੋਇਲ ਰੀਅਲ ਸਟੇਟ ਦੀ ਦੁਨੀਆਂ ਦੇ ਵਿੱਚ ਜਿਹਨਾਂ ਦਾ ਵੱਡਾ ਨਾਂ ਹੈ ਤੇ ਅੱਜ ਕਹਿੰਦੇ ਵੱਡੇ ਮਾਣ ਪੰਜਾਬੀ ਮਾਂ ਬੋਲੀ ਤੋਂ ਖੁਸ਼ ਹੋ ਕੇ 1,000 ਰੁਪਏ ਦੇ ਵੱਡੇ ਮਾਣ ਵੀ ਪੂਰੇ ਕੀਤੇ ਗਏ ਹੈ ਤਾਂ ਮੈਦਾਨ ਦੇ ਵਿੱਚ ਵੇਖੋ ਸਾਹਮਣੇ ਰਵੀ ਗੁਰਮੁਖ ਲੁਟਾਵਲ ਦੇ ਇਸ਼ਾਰੇ ਦੇ ਨਾਲ ਪਵਾ ਜਿਹੜਾ ਇਹ ਵੀ ਢਾਬੀ ਦੇ ਹਿੱਸੇ ਦੇ ਵਿੱਚ ਜੁੜ ਗਿਆ ਮੇਰੀ ਗਰੀ ਉਧਰ ਬਾਈ ਜਸਰੀ ਸਿੰਘ ਜੱਸੀ ਵੱਲੋਂ ਮਾਜਰਾ ਤਰਨਜੀਤ ਸਿੰਘ ਜੀ ਘੋਲੂ ਵਾਸੀ ਪਰਿਵਾਰ ਦੇ ਲੁਸ਼ੇਦੇ 7 ਫਰਵਰੀ ਵੱਡਾ ਖੇਡ ਮੇਲਾ ਲਾਹੌਰ ਚੁੜੀਆ ਕਬੱਡੀ ਫੈਡਰੇਸ਼ਨ ਦੀ ਆ 8 ਅਕੈਡਮੀਆਂ ਭਰਨਗੀਆਂ ਦੁਨੀਆਂ ਦੇ ਵੱਡੇ ਮਨ ਪੁੱਜਣਗੇ ਵੱਡੇ ਸਿੰਗਰ ਫਨ ਦਾ ਮੁਜ਼ਾਹਰਾ ਕਰਨਗੇ ਕੀਪਾ 28 ਪਿੰਡ ਦਾ ਤੇ ਅਮਰਤਪਾਲ ਸਿੰਘ ਸ਼ੇਰੂ 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 ਉੱਥੋਂ ਹੀ ਸੋਹਣਿਆ ਸਾਹਮਣੇ ਵੇਖ ਨੌਜਵਾਨ ਤੇਰੇ ਪਾਲੇ ਦੀ ਸਰਹੱਦ ਨੂੰ ਪਾਰ ਕਰ ਚੁੱਕਾ ਹੈ ਲੋਕਾਂ ਕਹਿੰਦੇ ਸਿੰਘ ਆ ਗਿਆ ਮੇਰੀ ਵੀਰਿਓ ਛੁੱਕੇ ਵਾਲੀਆਂ ਕਬੱਡੀ ਪਾਉਣ ਦੇ ਲਈ ਚਾਰ ਮਾਵਾਂ ਦੇ ਬਲੀ ਪੁੱਤ ਨੇ ਕਿੰਦੀ ਆਤਮਾ ਨੂੰ ਸਾਹਮਣੇ ਕਿੰਦੀ ਯੋਧਾ ਦੀ ਧੱਤੀ ਦਾ ਆਰਤੂ ਸਾਹਿਬ ਨੇ ਪੁਰਾਣ ਜਿਹੜਾ ਇਹ ਵੀ ਨੌਜਵਾਨ ਧਾਵੀ ਗਗਨ ਦੇ ਹਿੱਸੇ ਦੇ ਵਿੱਚ ਜੁੜ ਗਿਆ ਲਮਾਂਦਰ ਯੋਧਾ ਮਾਰਾ ਕਬੱਡੀ ਪਾਰਿਆ ਉਧਰ ਮਨਜੀਤ ਸਿੰਘ ਜੀ ਢੀਰ ਸਾਹਿਬ ਕਹਿੰਦੇ ਵੀ ਸਾਡੇ ਜੋ ਕਿ ਉਚੇਚੇ ਤੌਰ ਤੇ ਕੈਨੇਡਾ ਦੇ ਵਿੱਚ ਬੈਠੇ ਅੱਜ ਯੂਨਾਈਟਡ ਟਾਈਗਰ ਕਬੱਡੀ ਕਲੱਬ ਦੇ ਮੇਨ ਅਹੁਦੇਦਾਰ ਹਰਪ੍ਰੀਤ ਸਿੰਘ ਅਤੇ ਸੁਖ ਬਰਾੜ ਸਾਹਿਬ ਜਿਨ੍ਹਾਂ ਲਈ ਮਨੀ ਖੇਡਿਆ ਕੈਨੇਡਾ ਦੇ ਵਿੱਚ ਏ ਸਟਾਰ ਵਿੰਡੋ ਵਾਲੇ ਵੱਡਾ ਧੰਨਵਾਦ ਹੈ ਦੇਖੋ ਸਾਹਮਣੇ ਨੌਜਵਾਨ ਰਾਜੂ ਭੜੀ ਦੇ ਕੋਟਲੇ ਵਾਲਾ 6 ਫੁੱਟ ਕਰਦਾ ਮੁੰਡੇ ਦਾ ਬਾਪੂ ਜੀਵਨ ਸਿੰਘ ਪ੍ਰਸਿੱਧ ਫੁੱਟਬਾਲਰ ਹੈ ਤੇ ਦਾਦਾ ਕਿਤੇ ਸੁਰਜੀਤ ਸਿੰਘ ਸਰਦਾਰ ਮਿਲਖਾ ਸਿੰਘ ਦੇ ਨਾਲ ਦੌੜਦਾ ਰਿਹਾ ਮਿਲਖਾ ਸਿੰਘ ਦੇ ਨਾਲ ਮਿਲਟਰੀ ਦੇ ਵਿੱਚ ਜੌਬ ਵੀ ਕੀਤੀ ਹੈ ਇਕੱਠੇ ਦੌੜ ਵੀ ਲਾਉਂਦੇ ਰਹੇ ਹੈ ਪਰ ਪੋਤਰਾ ਕਹਿੰਦੇ ਕਬੱਡੀ ਦਾ ਸਟਾਰ ਬਣ ਗਿਆ ਨਾ ਪੋਤਰਾ ਕਬੱਡੀ ਦਾ ਸਟਾਰ ਬਣ ਗਿਆ ਦੇਖੋ ਸਾਹਮਣੇ ਬੈਂਡ ਭੜੀ ਦੇ ਕੋਟਲੇ ਦਾ ਰਾਜੂ ਆਪਣੀ ਟੀਮ ਲਈ ਜੁੜ ਚੁੱਕੇ ਹੈ ਜੋਧਾ ਮਾਰਾ ਮੰਦਰ ਚੱਲਿਆ ਕਦੀ ਕਬੱਡੀ ਪਾਉਣ 23 ਜਨਵਰੀ ਜੱਜੀ ਸਾਡਾ ਵੀਰ ਨਾਲ ਕਹਿੰਦੇ ਤੇਜੀ ਚਿੱਲੇ ਵਾਲਾ ਜਾਣਕਾਰੀ ਦੇ ਰਹੇ ਵੀ ਵੱਡਾ ਟੂਰਨਾਮੈਂਟ ਹੈ ਪਹਿਲਾ ਨਾਮ 1,00,000 ਦੂਜਾ 75,000 ਮਨੀ ਚਿੱਲੇ ਵਾਲਾ ਕਹਿੰਦਾ 2 ਮੋਟਰਸਾਈਕਲ 10 ਖਿਡਾਰੀਆਂ ਦੇ ਉੱਤੇ ਜਾਣਗੇ ਮਨੀ ਨੱਤ ਤੇ ਜਿੰਦਰ ਵਾਲੀ ਉਹਨਾਂ ਦਾ ਵੀ ਧੰਨਵਾਦ ਹੈ ਨਾ ਗਗਨ ਜੋਗੇ ਵਾਲੀਆ ਕਬੱਡੀ ਪਾ ਰਹੇ ਹੈ ਤੇ 4 ਨੌਜਵਾਨਾਂ ਦੇ ਵਿੱਚੋਂ ਹੁਣ ਕੌਣ ਗੱਭਰੂ ਦੇਖੋ ਸਾਹਮਣੇ ਡਾਲੇ ਪਿੰਡ ਦਾ ਆਤਮਾ ਨਾ ਡਾਲੇ ਪਿੰਡ ਦਾ ਆਤਮਾ ਕੋਸ਼ਿਸ਼ ਕਰ ਰਿਹਾ ਹੈ ਮੁਕਾਬਲਾ ਟੀ ਦੇ ਦਰਮਿਆਨ ਹੈ ਪਰ ਗਗਨ ਜੋਗੇ ਵਾਲੀਆ ਇਹ ਰੋਕਿਆ ਨਾ ਰੁਕਦੀਆਂ ਲਹਿਰਾਂ ਚਨਾਰਦੀਆਂ ਐਵੇਂ ਨੀ ਫੜ ਹੋਣੀਆਂ ਲੁਕੋ ਜਵਾਨੀਆਂ ਪੰਜਾਬ ਦੀਆਂ ਐਵੇਂ ਨੀ ਫੜ ਹੋਣੀਆਂ ਲੁਕੋ ਜਵਾਨੀਆਂ ਪੰਜਾਬ ਦੀਆਂ ਖਾਈ ਵਾਲਾ ਦੀਪਾ ਇਹ ਹੈ ਨੌਜਵਾਨ ਦੀਪਾ ਖਾਈ ਪਿੰਡ ਦਾ ਜੋ ਨੌਜਵਾਨ ਹੁਣ ਕਬੱਡੀ ਪਾ ਰਿਹਾ ਨੌਜਵਾਨ ਕਿਸ਼ਨ ਬਰੀਆ ਐਰ ਸਾਹਮਣੇ ਹੈ ਟੱਕਰ ਜ਼ੋਰਦਾਰ ਹੈ ਤੇ ਪੁਆਇੰਟ ਧਾਵੀ ਦਾ ਹੈ ਪੁਆਇੰਟ ਖਾਈ ਵਾਲੇ ਦੀਪੇ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਇੱਕ ਇੱਕ ਕਬੱਡੀ ਦਾ ਨਜ਼ਾਰਾ ਪੂਰਾ ਲਓ ਰਾਜੂ ਦੀ ਫਿਰ ਰੇਡ ਪਈ ਹੋਈ ਹੈ ਰਾਜੂ ਭੜੀ ਦੇ ਕੋਟਲੇ ਦਾ ਕਬੱਡੀ ਪਾ ਰਿਹਾ ਮੇਰੇ ਵੀਰੋ ਮੈਦਾਨ ਦੇ ਵਿੱਚ ਹੁਣ ਵੇਖੋ 4 ਜਾਂ 8 ਲੁਕਿੰਦੀ ਵਰਗੇ ਆਤਮੇ ਵਰਗੇ ਐਨ ਤਿਆਰੀ ਦੇ ਵਿੱਚ ਨੇ ਸਾਹਮਣੇ ਜੋਧਾ ਮਾਰਿਆ ਕਿੰਦੀ ਦੇ ਨਾਂ ਦੀਆਂ ਤਾਰੀਆਂ ਮਾਰਦੇ ਕਹਿੰਦੇ ਮੁੰਡਾ ਸਿਰਾ ਕਰਾਈ ਜਾਂਦਾ ਹੈ ਉਧਰ ਕਬੱਡੀ ਕੋਚ ਦਵਿੰਦਰ ਸਿੰਘ ਜੀ 20 ਦਸੰਬਰ ਚਮਕੌਰ ਸਾਹਿਬ ਦੇ ਕਬੱਡੀ ਕੱਪ ਲਈ ਸੱਦਾ ਪੱਤਰ ਦੇ ਰਹੇ ਹੈ ਵੱਡਾ ਟੂਰਨਾਮੈਂਟ ਹੈ ਤੇ ਵੱਡੀਆਂ ਟੀਮਾਂ ਦੇ ਦਰਮਿਆਨ ਤਕੜੇ ਮੈਚ ਹੋਣਗੇ ਲਓ ਵੇਖੋ ਮੰਦਰ ਯੋਧਾ ਵਾਲਾ ਫਿਰ ਕਬੱਡੀ ਪਾ ਰਿਹਾ ਧਨੌਰੀ ਪਿੰਡ ਦਾ ਮਨੀ ਖੇਡਿਆ ਯੂਨਾਈਟਡ ਟਾਈਗਰ ਕਬੱਡੀ ਕਲੱਬ ਲਈ ਸੁੱਖ ਵਿਹਾਰ ਤੇ ਮਨਜੀਤ ਢੀਂਸਾ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਕਬੱਡੀ ਕਲੱਬ ਲਈ ਬੜੀਆਂ ਤਕੜੀਆਂ ਕਬੱਡੀਆਂ ਪਾਈਆਂ ਪਰ ਗਗਨ ਜੋਗੇ ਵਾਲੀ ਆ ਕਬੱਡੀ ਪਾ ਰਿਹਾ ਤਾਰਕੇ ਕਬੱਡੀ ਕਲੱਬ ਦਾ ਪਾਲਾ ਕਹਿੰਦਾ ਵੀ 19 ਫਰਵਰੀ ਜਿਹੜੀ ਉਹ ਮੌੜੀ ਫਗਵਾੜੇ ਦੇ ਲਾਗੇ ਵੱਡਾ ਟੂਰਨਾਮੈਂਟ ਹੋਣਾ ਲਓ ਗਗਨ ਦੀ ਰੇੜ ਤੇ ਬਿਲਾ ਗਗੜੇ ਵਾਲਾ ਕੋਸ਼ਿਸ਼ ਕਰ ਰਿਹਾ ਹੈ ਪੁਆਇੰਟ ਫਿਰ ਤੋਂ ਧਾਵੀ ਦੇਸੇ ਹੈ ਬੀ ਕੇ ਗੋਇਲ ਦਾ ਵੱਡਾ ਧੰਨਵਾਦ ਹੈ ਜਿਨ੍ਹਾਂ ਦਾ ਪ੍ਰਾਪਰਟੀ ਦੀ ਦੁਨੀਆਂ ਦੇ ਵਿੱਚ ਵੱਡਾ ਨਾਂ ਹੈ ਸੁਹਾਣੇ ਦੇ ਕਬੱਡੀ ਕੱਪ ਦੇ ਵੀ ਮੇਨ ਸਪੋਂਸਰ ਸਨ ਅੱਜ ਵੀ ਇਸ ਕਬੱਡੀ ਕੱਪ ਲਈ 51,000 ਰੁਪਏ ਦੀ ਵੱਡੀ ਮਦਦ ਦਿੱਤੀ ਹੈ ਲਓ ਦੀਪੇ ਖਾਈ ਦੀ ਰੇੜ ਹੈ ਉਧਰ ਸਵਰਨ ਸਿੰਘ ਚੇਅਰਮੈਨ ਸਾਹਿਬ ਜਿਸ ਪਰਿਵਾਰ ਦੇ ਵੱਲੋਂ 71,000 ਰੁਪਇਆ ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲਾ ਜਿਹੜਾ ਇਨਾਮ ਸਪੋਂਸਰ ਕੀਤਾ ਗਿਆ ਹੈ ਉਸ ਪਰਿਵਾਰ ਦਾ ਧੰਨਵਾਦ ਹੈ ਭੜੀ ਦੇ ਕੋਟਲੇ ਦਾ ਰਾਜੂ ਇਸ ਵੇਲੇ ਕਬੱਡੀ ਪਾ ਰਿਹਾ ਹੈ 4 ਬੱਬਰ ਸ਼ੇਰ ਤਿਆਰੀ ਦੇ ਵਿੱਚ ਹੈ ਲਓ 4 ਦੇ ਵਿੱਚੋਂ ਕੌਣ ਦੁੱਤ ਕਰਦਾ ਹੈ ਸਮੇਂ ਨੇ ਫੈਸਲਾ ਕਰਨਾ ਹੈ ਭਾਵੇਂ ਨੌਜਵਾਨਾਂ ਕਿੰਦੀ ਯੋਧਾ ਵਾਲਾ ਇਧਰ ਸਰਦਾਰ ਸਵਰਨ ਸਿੰਘ ਜੀ ਜੇ ਚੇਅਰਮੈਨ ਹੈ ਸਾਡੇ ਕਲੱਬ ਦੇ ਜਿਨ੍ਹਾਂ ਵੱਲੋਂ ਪਹਿਲਾ ਇਨਾਮ 71,000 ਰੁਪਇਆ ਅੱਜ ਦੇ ਇਸ ਕਬੱਡੀ ਕੱਪ ਦਾ ਸਪੋਂਸਰ ਕੀਤਾ ਗਿਆ ਹੈ ਉਹਨਾਂ ਦਾ ਫਿਰ ਤੋਂ ਧੰਨਵਾਦ ਹੈ ਯੋਧਾ ਵਾਲਾ ਮੰਦਰ ਇਸ ਵੇਲੇ ਕਬੱਡੀ ਪਾ ਰਿਹਾ ਹੈ
ਤੇ 500 ਰੁਪਏ ਦੇ ਵੱਡੇ ਮਾਨਸਮਾਨ ਸਰਦਾਰ ਸਵਰਨ ਸਿੰਘ ਜੀ ਚੇਅਰਮੈਨ ਸਾਹਿਬ ਪੰਜਾਬੀ ਮਾਂ ਬੋਲੀ ਤੋਂ ਖੁਸ਼ ਹੋ ਕੇ ਵੱਡਾ ਮਾਣ ਕਰ ਰਹੇ ਹੈ, ਉਹਨਾਂ ਦਾ ਫਿਰ ਤੋਂ ਧੰਨਵਾਦ ਹੈ। ਲਓ ਮੈਚ ਸਮਾਪਤ ਹੈ। ਇਸ ਮੈਚ ਦਾ ਜਿਹੜਾ ਰਿਜ਼ਲਟ ਹੈ, ਇਸ ਮੁਕਾਬਲੇ ਦੇ ਵਿੱਚ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਦੀ ਟੀਮ ਦੇ ਪੁਆਇੰਟ ਹੈ 10.5 ਤੇ ਜੋਧਾਂ ਦੀ ਟੀਮ ਦੇ ਪੁਆਇੰਟ ਹੈ 16। ਜੋਧਾਂ ਦੀ ਟੀਮ ਇਸ ਮੁਕਾਬਲੇ ਦੇ ਵਿੱਚ ਜੇਤੂ ਰਹੀ ਹੈ।